ਹਾਂਜੀ ਕਿੱਦਾਂ ਸਾਰੇ, ਇਹ ਹੈ ਕੁਝ ਵੀ ਵਲੌਗ ਨੰਬਰ 29 ਅਤੇ ਅੱਜ ਨਾ ਮੇਰੀ ਥੋੜ੍ਹੀ ਜਿਹੀ ਦੌੜ ਜ਼ਿਆਦਾ ਲੱਗ ਰਹੀ ਹੈ ਨੋਰਮਲ ਦਿਨਾਂ ਨਾਲੋਂ, ਕਿਉਂਕਿ ਮੈਂ ਗੁਰਦਾਸਪੁਰ ਜਾਣਾ, ਉਸ ਤੋਂ ਬਾਅਦ ਵਿੱਚ ਪੇਂਟਰ ਢਾਬੇ 'ਤੇ ਪੇਂਟ ਮੰਗ ਰਹੇ ਨੇ, ਉਹ ਪੇਂਟ ਖਤਮ ਹੈ, ਉਹ ਵੀ ਉਹਨਾਂ ਨੂੰ ਪਹੁੰਚਾਉਣਾ, ਉਸ ਤੋਂ ਬਾਅਦ ਵਿੱਚ ਕੱਲ੍ਹ ਮੈਂ ਅੰਮ੍ਰਿਤਸਰ ਜਾ ਰਿਹਾ ਸ਼ਾਇਦ, ਅਤੇ ਉਹਦੇ ਕਰਕੇ ਮੇਰੇ ਕੋਲ ਗੱਡੀ ਦਾ ਪੋਲਿਊਸ਼ਨ ਸਰਟੀਫਿਕੇਟ ਨਹੀਂ ਹੈਗਾ, ਉਹ ਵੀ ਬਣਾਉਣਾ ਪੈਣਾ ਮੈਨੂੰ, ਅਤੇ ਹੋਰ ਵੀ ਨਿੱਕੇ ਮੋਟੇ ਦੋ ਚਾਰ ਕੰਮ ਹੈਗੇ ਨੇ, ਸੋ ਚਲੋ। ਤੁਹਾਨੂੰ ਪਤਾ ਹੈ ਕਿ ਢਾਬੇ ਉੱਤੇ ਰੰਗ ਹੋ ਰਿਹਾ ਸੀਗਾ, ਬਾਹਰ ਵਾਸਤੇ ਆਪਾਂ ਡਿਸਾਈਡ ਕੀਤਾ ਸੀ ਕੁਝ ਯੈਲੋ ਟਾਈਪ ਦਾ, ਠੀਕ ਹੈ, ਨਾਲ ਉਹਦੇ ਰੈੱਡ ਦਾ ਕੰਟਰਾਸਟ ਸੀਗਾ, ਬਟ ਇੰਟੀਰੀਅਰ ਵਾਸਤੇ ਸਾਡਾ ਆਹ ਵਾਲਾ ਗ੍ਰੇ ਜਿਹੜਾ ਹੈ ਨਾ ਇਹ ਫਾਈਨਲ ਹੋਇਆ, ਅਤੇ ਇਹ ਗ੍ਰੇ ਪੇਂਟ ਬਣਾ ਰਿਹਾ ਬੰਟੀ, ਇਹਨੇ ਪਤਾ ਨਹੀਂ ਇੱਧਰ ਕੀ ਕੋਡਿੰਗ ਕਰਤੀ ਹੈ, ਕੋਈ 20 ਲੀਟਰ ਪੇਂਟ ਦੀ ਡਾਈ ਬਣਾ ਦਿੱਤੀ ਗਈ ਹੈ, ਠੀਕ ਹੈ ਜੀ, ਡਨ ਹੈ। ਬੜੇ ਲੋਕਾਂ ਨੂੰ ਲੱਗ ਰਿਹਾ ਕਿ ਖਰੇ ਢਾਬੇ ਦਾ ਕੰਮ ਸਾਰਾ ਮੈਂ ਕਰ ਰਿਹਾ, ਪਰ ਇਹ ਗੱਲ ਸੱਚ ਨਹੀਂ ਹੈ, 2000 ਦਾ ਨੋਟ ਹੈ, ਹੁਣ ਐਡੇ ਵੱਡੇ ਕਾਰੋਬਾਰ ਕਰਾਂਗੇ ਤਾਂ ਛੋਟੇ ਛੋਟੇ ਨੁਕਸਾਨ ਹੋਣਗੇ, ਇਹ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਕਿ ਬਈ ਇਕੱਲਾ ਮੈਂ ਕਰ ਰਿਹਾ ਕੰਮ, ਪਰ ਇੱਦਾਂ ਨਹੀਂ ਹੈ, ਪਾਰਟਨਰ ਪੂਰਾ ਸਾਥ ਦੇ ਰਿਹਾ ਮੇਰਾ, ਸੋ ਠੀਕ ਹੈ ਬਈ ਪੇਂਟ ਵਾਲਾ ਕੰਮ ਕਰ, ਮੈਂ ਬਾਕੀ ਲੈ ਕੇ ਆਵਾਂ, ਅਜੇ ਲਾਈਟਾਂ ਦਾ ਅਤੇ ਹੋਰ ਸਮਾਨ ਮੈਂ ਇੱਥੇ ਖਰੀਦ ਰਿਹਾ ਵਾਂ, ਅਤੇ ਮੇਰੇ ਕੋਲ ਉੱਥੇ ਜਾ ਨਹੀਂ ਹੋ ਰਿਹਾ, ਅਤੇ ਮੈਂ ਵੀਡੀਓ ਕਾਲ ਉੱਤੇ ਵੇਖ ਰਿਹਾ ਕਿ ਬਈ ਪੇਂਟ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ, ਇੱਦਾਂ ਹੋ ਰਿਹਾ ਕੰਮ, ਆਹ ਕਰਨ ਦੇ ਯਾਰ। ਅਨਿਲ ਭਾਅ ਦਾ ਚਿਲਨ ਗ੍ਰਿਲ, ਇੱਥੋਂ ਦੇ ਨੂਡਲ ਬੜੇ ਮਸ਼ਹੂਰ ਆ, ਅਤੇ ਘਰ ਦੇ ਕਹਿੰਦੇ ਕਿ ਅੱਜ ਈਵਨਿੰਗ ਸਨੈਕਸ ਜਿਹੜਾ ਉਹ ਨੂਡਲ ਚਾਹੀਦੇ ਨੇ, ਪੈਕ ਕਰਾ ਰਹੇ ਹਾਂ ਬਈ, ਕੀ ਕਰ ਸਕਦੇ ਹਾਂ, ਵਧੀਆ ਜੇ ਭਾਅ ਜੀ। ਲਓ ਜੀ, ਮੈਂ ਢਾਬੇ 'ਤੇ ਹੁਣੇ ਪਹੁੰਚਿਆ ਥੋੜ੍ਹੀ ਦੇਰ ਪਹਿਲੇ, ਅਤੇ ਪੇਂਟ ਦਾ ਕੰਮ ਫਰੰਟ ਤੋਂ ਨਿਬੜ ਗਿਆ, ਇਸ ਏਰੀਏ 'ਚ ਕੱਲ੍ਹ ਫਲੈਕਸ ਆ ਜਾਏਗੀ ਅਤੇ ਕਿਚਨ ਦੇਖਣਾ ਬੰਦ ਹੋ ਜਾਏਗਾ, ਬਾਕੀ ਪਾਰਕਿੰਗ 'ਚ ਗੱਡੀਆਂ ਆ ਰਹੀਆਂ ਨੇ। ਸਬਰ, ਜ਼ਿੰਦਗੀ 'ਚ ਹਰ ਚੀਜ਼ ਦਾ ਇਲਾਜ ਹੈ ਸਬਰ, ਠੀਕ ਹੈ, ਚੰਗਾ ਫਿਰ।